ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾ। ਅੱਛਾ ਇਹ ਜਿਹੜੀ ਗੱਲ ਹੈ ਨਾ ਜੀ, ਆਪ ਹਰ ਰੋਜ਼ ਜਾਂ ਤੀਸਰੇ ਦੀ
ਸਹਿਣ ਕਰਨਾ। ਤੀਸਰੀ ਜਿਹੜੀ ਹੈ ਤੰਬਾਕੂ ਵਰਤਣਾ ਤੇ ਚੌਥੀ ਜਿਹੜੀ ਹੈ ਪੁੱਠਾ ਖਾਣਾ। ਤੇ ਚਾਰ ਵਜਰ ਪ੍ਰੇਤਾਂ ਨੇ, ਇਹਨਾਂ ਚੋਆਂ ਚੋਂ ਇੱਕ ਵੀ ਹੋ ਜਾਏ ਫਿਰ ਪੰਜਾਂ ਪਿਆਰਿਆਂ ਦੇ ਸਨਮੁਖ ਹੋ ਕੇ ਦੁਬਾਰਾ ਨਾਲ ਨਹੀਂ ਜਾਣਦਾ, ਇਹਨਾਂ ਵਰਗੀ ਬੰਦਾ ਚਲਾਕ ਬਣ ਜਾਂਦਾ। ਆ ਤੁਸੀਂ ਬੜੇ ਵੇਖੋ ਜਿਹੜੇ ਬੇਈਮਾਨੀ ਕਰਨ ਵਾਲੇ ਨੇ ਨਾ, ਬੜੀ ਚਲਾਕੀ ਨਾਲ ਬੜੀ ਬਰੀਕੀ ਨਾਲ ਬੇਈਮਾਨ
ਬਾਬਾ ਕਬੀਰ ਸਾਹਿਬ ਜੀ ਨੇ ਇੱਕੋ ਹੀ ਪੰਕਤੀ ਦੇ ਵਿੱਚ ਇਸ ਗੱਲ ਦਾ ਹੱਲ ਦਿੱਤਾ। ਕਹਿੰਦੇ ਨੇ ਕਿ ਉਹ ਕਬੀਰ ਜਿਸ ਉਧਰ ਸਮਾਜ ਜੀ ਨਾਲ ਢਿੱਡ ਲੱਗਿਆ ਨਾ, ਉਹ ਮਾਇਆ ਦੇ ਚੱਕਰ ਚ ਫਸਿਆ ਹੋਇਆ। ਹੁਣ ਤੁਸੀਂ ਦੇਖੋ ਢਿੱਡ ਤੋਂ ਬਿਨਾਂ ਕੋਈ ਜੀਵ ਹੈ ਜਿਹਨੂੰ ਢਿੱਡ ਨਾ ਲੱਗਾ ਹੋਵੇ? ਉਹ ਢਿੱਡ ਤੇ ਕੀੜੀ ਨੂੰ ਵੀ ਲੱਗਾ ਹੋਇਆ, ਉਹ ਵੀ ਦੇਖ ਲਓ ਇੱਕ ਦਾਣਾ ਚੀਨੀ ਦਾ ਲੈ ਕੇ ਕਿੱਥੇ ਤੱਕ ਉਹ ਤੁਰ ਜਾਂਦੀ ਹੈ। ਪਰ ਬਾਬੇ ਨੇ ਉਹਦੀ ਵੀ ਉਦਾਹਰਨ ਦਿੱਤੀ ਹੈ ਕੀੜੀ ਦੀ ਵੀ। ਕਹਿੰਦੇ ਜਿਹੜਾ ਕੰਮ ਕੀੜੀ ਕਰ ਸਕਦੀ ਹੈ ਹਾਥੀ ਨਹੀਂ ਕਰ ਸਕਦਾ। ਹੁਣ ਤੁਸੀਂ ਖੰਡ ਖਿਲਾ ਦੋ ਰੇਤੇ ਚ, ਹਾਥੀ ਲਿਆਓ, ਹਾਥੀ ਚੁੱਕ ਦੇਗਾ ਖੰਡ? ਕੀੜੀ ਚੁੱਕ ਦੇਗੀ? ਫਿਰ ਜੇ ਹੁਣ ਤੁਸੀਂ ਇਹ ਗੱਲ ਤਾਂ ਪਤਾ ਨਸਾਂ ਜੀ ਕਰ ਲਈ ਹੈ, ਪਰ ਤੁਸੀਂ ਸਤਿਗੁਰੂ ਨੂੰ ਇਹ ਤੁਸੀਂ ਪੁੱਛਣਾ ਵੀ ਪਾਤਸ਼ਾਹ ਇਹ ਹਾਥੀ ਕੀੜੀ ਦਾ ਮੇਰੇ ਨਾਲ ਕੀ ਲੈਣਾ ਦੇਣਾ? ਤੁਸੀਂ ਖੰਡ ਖੋਲੋ, ਮੈਂ ਤਾਂ ਚੁੱਕ ਦੂੰਗਾ, ਇੱਕ ਇੱਕ ਦਾਣਾ ਚੁੱਕ ਦੂੰਗਾ, ਇਹਦੇ ਨਾਲ ਕੀ ਲੈਣਾ ਦੇਣਾ? ਫਿਰ ਬਾਬੇ ਕਬੀਰ ਨੇ ਬਚਤ ਕੀਤਾ, ਕਬੀਰ ਹਰਖ ਹੈ ਖਾਂਡ ਰੇਤ ਮੈਂ ਵਿਖਰੀ, ਹਸਤੀ ਚੁਣੀ ਨਾ ਜਾਈ, ਕਹੋ ਕਬੀਰ ਤੁਰ ਭਗੀ ਜਾਈ, ਮਿੱਟੀ ਹੋ ਚੁੱਕਾ ਹੈ। ਕਹਿੰਦੇ ਜੇ ਰੱਬ ਨੂੰ ਮਿਲਣਾ ਹੈ ਹੰਕਾਰੀ ਨਹੀਂ ਮਿਲ ਸਕਦਾ, ਜਿਹੜਾ ਨਿਮਰਤਾ ਦਾ ਧਾਰਨੀ ਹੈ ਉਹ ਮਿਲ ਸਕਦਾ। ਸਤਿਗੁਰ ਨੇ ਕੀ ਬਚਨ ਕੀਤਾ ਜੀ? ਛੁੱਟ ਸੁਣਾਏ ਉਦ ਪਿਆਲ, ਭਾਵੇਂ ਬੰਦਾ ਆਕਾਸ਼ੇ ਜਾਵੇ ਭਾਵੇਂ ਪਤਾਲ ਲੈ ਜਾਵੇ, ਛੁਟਕਾਰਾ ਨਹੀਂ ਹੋਣਾ। ਮੋਹ ਵਿਆਪੈ ਮਾਇਆ ਜਾਲ, ਮੋਹ ਵਿਆਪੈ। ਅੱਛਾ, ਕਈ ਤਾਂ ਨਾ ਮੋਹ ਪਾਠ ਕਰਦੇ, ਤੁਸੀਂ ਤੇ ਪ੍ਰਸੰਗ ਵੇਖਣਾ ਪਏਗਾ ਕੀ ਹੈ। ਜਿਵੇਂ ਬਾਣੀ ਚ ਇੱਕ ਬਚਨ ਹੁੰਦਾ, ਮੋਹ ਨਾ ਵਿਸਾਰੋ ਮੈਂ ਜਨ ਤੇਰਾ। ਇੱਥੇ ਹੁਣ ਮੋਹੇ ਤੋਂ ਭਾਵ ਮੈਂ, ਮੇਰੀ ਆਪਣੀ ਗੱਲ ਚੱਲ ਰਹੀ ਹੈ। ਫਿਰ ਇੱਕ ਬਚਨ ਹੋਰ ਮੈਂ ਸਾਂਝਾ ਕਰਦੇ ਹਾਂ, ਕਾਮ ਕ੍ਰੋਧ ਲੋਭ ਮੋਹੇ ਬੰਨ ਲੀਨਾ। ਉੱਥੇ ਪਾਠ ਕਈ ਮੋਹੇ ਕਰਦੇ ਨੇ, ਮੋਹੇ ਨਹੀਂ ਹੈ, ਕਾਮ ਕ੍ਰੋਧ ਲੋਭ ਮੋਹ ਮੰਨ ਲੀਨਾ। ਆਪਣੇ ਗੱਲਾਂ ਸਾਨੂੰ ਕਦੋਂ ਤੇ ਕਿਵੇਂ ਸਮਝ ਆਉਣਗੀਆਂ? ਆਓ ਸਖੀ ਹਰ ਮੇਲ ਕਰੇ ਹਾਂ, ਇਹ ਤਾਂ ਗੱਲ ਬਣਦੀ ਹੈ। ਮੇਰੇ ਸਖੀਆਂ ਪੁੱਛੇ ਕੋ ਕੰਤ ਨਿਸ਼ਾਨੀ, ਸਖੀ ਸਹੇਲੀ ਕੋ ਸਮਝਾਵੇ, ਇੱਕ ਦੂਜੇ ਨੂੰ ਦੱਸਾਂਗੇ ਤੇ ਗੱਲ ਬਣੇਗੀ, ਤੇ ਦੱਸਾਂਗੇ ਤੇ ਤਾਂ ਵੀ ਜੇ ਸਾਡੀ ਕੁਝ ਨਾਲ ਗੱਲਬਾਤ ਹੋਏਗੀ, ਪਰ ਸਾਡੀ ਤੇ ਕੁਝ ਨਾਲ ਗੱਲਬਾਤ ਹੀ ਨਹੀਂ, ਅਸੀਂ ਤਾਂ ਕਿਸੇ ਨੂੰ ਬੁਲਾਉਂਦੇ ਹੀ ਨਹੀਂ। ਕੋਸ਼ਿਸ਼ ਕਰੀਏ ਜਦੋਂ ਸੰਗਤ ਚ ਆਉਂਦੇ ਹਾਂ ਅਸੀਂ ਸਾਰੇ ਇੱਕੋ ਜਮਾਤ ਦੇ ਵਿਦਿਆਰਥੀ, ਸਾਡੀ ਜਮਾਤ ਹੈ ਨਾਨਕ ਜੀ ਦੇ ਬਚਨ ਕਿਤਨਾ ਆਈ ਪੰਥੀ ਸਗਲ ਜਮਾਤੀ, ਸਾਡੀ ਜਮਾਤ ਹੈ ਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨਾਲ ਗੱਲਬਾਤ ਜਿਹੜੀ ਆ ਉਹ ਸਾਂਝੀ ਕਰਨੀ ਚਾਹੀਦੀ। ਅਵਰ ਕਤੋਤ ਸਗਲੀ ਜਮਨਾਮਾ। ਹੁਣ ਤੁਸੀਂ ਵੇਖੋ ਜਿੰਨੇ ਵੀ ਹੋਰ ਕੰਮ ਨੇ ਜੀ, ਸਾਰਿਆਂ ਨੂੰ ਜਾਮਣ ਡੰਡ ਲਾਉਂਦਾ, ਸਜ਼ਾ ਲਾਉਂਦਾ। ਤੇ ਬਾਬੇ ਨੇ ਬਚਨ ਕਿਤਨਾ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਵਿੱਚ ਕੇਵਲ ਨਾ। ਹੁਣ ਜਮ ਜਿਹੜਾ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨਾ, ਉਹ ਗੋਬਿੰਦ ਦੀ ਬੰਦਗੀ ਤੋਂ ਬਿਨਾਂ ਹੋਰ ਕਿਸੇ ਚੀਜ਼ ਨੂੰ ਤਿਲ ਮਾਤਰ ਜਿੰਨਾ ਵੀ ਨਹੀਂ ਮੰਨਦਾ। ਫਿਰ ਸਤਿਗੁਰੂ ਨੇ ਬਚਨ ਕੀਤਾ, ਹਰ ਕਾ ਨਾਮ ਜਪਤ ਦੁੱਖ ਜਾਏ, ਨਾਨਕ ਬੋਲੈ ਸਹਿਜ ਸੁਪਾਏ। ਭਾਈ ਪਰਮੇਸ਼ਰ ਦਾ ਨਾਮ ਜਪਦੇ ਆ ਜੀਵਨ ਚੋਂ ਦੁੱਖ ਦੂਰ ਹੁੰਦਾ ਹੈ।
ਆ ਜਿਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਮੇਰੀ ਝੋਲੀ ਪਾ ਦੇਣੀਆਂ ਉਪਦੇਸ਼ ਰੂਪ ਅਰਦਾਸ ਕਰਨੀ ਅਸੀਸ ਬਖਸ਼ਣੀ ਪਾਤਸ਼ਾਹ ਕੋਲ ਵਧੇਰੇ ਸਮਤ ਪਾਤਸ਼ਾਹ ਪਾਤੇ ਗੁਰੂ ਮੰਗਾ ਜੀ ਦਾ ਤੇ ਤੁਰਦੇ ਹੋਏ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਸੇਵਾ ਚੜ੍ਹਦੀ ਕਲਾ ਕਰ ਸਕੀਏ ਇਹ ਲੜੀ ਆਪਾਂ ਐਸੇ ਤਰੀਕੇ ਨਾਲ ਨਿਰੰਤਰ ਜਾਰੀ ਰੱਖਾਂਗੇ ਜਦ ਤੱਕ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਔਰ ਸੁਖਮਨੀ ਸਾਹਿਬ ਦੀ ਵਿਚਾਰ ਕੋਈ ਮੁਕੰਮਲ ਨਹੀਂ ਹੋ ਸਕਦਾ ਆਪ ਵੀ ਆਇਆ ਕਰੋ ਬਾਕੀਆਂ ਨੂੰ ਪ੍ਰੇਰਨਾ ਦਿਓ ਭਾਈ ਸਤਿਗੁਰੂ ਦੀ ਬਾਣੀ ਦਾ ਬਚਨ ਆਪ ਹੋ ਆਪ ਹਰ ਵਾਰ ਵੀ ਚੱਲਦਾ ਹੋਰ ਨਾ ਹੋਣ ਕਰ ਇਤਨੀਆਂ ਬੇਨਤੀਆਂ ਪ੍ਰਵਾਨ